everyone, this is Lalima Sharma and you guys are watching Fashion This Week. ਜਿਨ੍ਹਾਂ ਦੇ ਫੈਨਸ ਨੇ ਲੱਖਾਂ ਤੇ ਉਹ ਹੈ ਪੰਜਾਬੀ ਇੰਡਸਟਰੀ ਦੀ ਕਿਊਟੈਸਟ ਡੀਵਾ। ਯੈਸ, ਆਈ ਐਮ ਟਾਕਿੰਗ ਅਬਾਊਟ ਨਿਮਰਤ ਖੈਰਾ। ਨਿਮਰਤ ਨੂੰ ਹਮੇਸ਼ਾ ਸਿੰਪਲ ਤੇ ਸੋਬਰ ਰਹਿਣਾ ਕਾਫੀ ਪਸੰਦ ਹੈ, ਤਾਂ ਹੀ ਤਾਂ ਉਹਨਾਂ ਦੇ ਫੈਨਸ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਦੀ ਸਿੰਪਲਿਸਿਟੀ ਲਈ। ਅਸੀਂ ਉਹਨਾਂ ਦੀ ਲੁੱਕ ਦਾ ਇਹ ਪਲੱਸ ਪੁਆਇੰਟ ਮੰਨ ਸਕਦੇ ਹਾਂ ਕਿ ਉਹ ਹਮੇਸ਼ਾ ਇੱਕ ਸਿੰਪਲ ਲੁੱਕ ਵਿੱਚ ਰਹਿੰਦੀ ਹੈ, ਤੇ ਨਾਲ ਹੀ ਦੱਸਦੀ ਹੈ ਕਿ ਆਪਣੀ ਸਿੰਪਲ ਲੁੱਕ ਵਿੱਚ ਵੀ ਨਿਮਰਤ ਖੈਰਾ ਕਾਫੀ ਸੋਹਣੀ ਲੱਗਦੀ ਹੈ। ਸੋ ਨਿਮਰਤ ਖੈਰਾ ਦੇ ਲੁੱਕ ਦੀ ਅਸੀਂ ਦਵਾਂਗੇ ਤੁਹਾਨੂੰ ਡੀਟਸ, ਤੇ ਨਾਲ ਹੀ ਦੱਸਾਂਗੇ ਉਹਨਾਂ ਦੇ ਆਊਟਫਿਟ ਦੀ ਕਾਸਟ। ਨਿਮਰਤ ਨੇ ਵਿਅਰ ਕੀਤਾ ਹੈ ਨਿਮਰਤ ਕਾਲੋ ਲੇਬਲ ਦਾ ਅਨਾਰਕਲੀ ਸੂਟ ਜੋ ਹੈ ਫਲੋਰ ਲੈਂਥ ਤੱਕ, ਤੇ ਦੱਸ ਦਈਏ ਕਿ ਇਸ ਸੂਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਨਿਮਰਤ ਖੈਰਾ ਲੱਗ ਰਹੀ ਹੈ ਕਾਫੀ ਬਿਊਟੀਫੁਲ। ਤੇ ਨਾਲ ਹੀ ਦੱਸ ਦਈਏ ਇਸ ਅਨਾਰਕਲੀ ਸੂਟ ਦੀ ਕਾਸਟ, ਤੇ ਨਿਮਰਤ ਕਾਲੋ ਲੇਬਲ ਦਾ ਇਹ ਸੂਟ ਹੈ 45,000 ਦਾ। ਇਜ਼ਨਟ ਇਟ ਅਮੇਜ਼ਿੰਗ? ਨਿਮਰਤ ਖੈਰਾ ਇਸ ਅਨਾਰਕਲੀ ਸੂਟ ਦੇ ਨਾਲ ਫਲੌਂਟ ਕਰ ਰਹੀ ਹੈ ਜਵੈਲਰੀ। ਉਹ ਇਸ ਸੂਟ ਦੇ ਨਾਲ ਨਾ ਉਹਨਾਂ ਦੇ ਇਅਰਿੰਗਸ ਵਾਲੇ ਜੱਚ ਰਹੇ ਨੇ, ਤੇ ਇਹਨਾਂ ਇਅਰਿੰਗਸ ਦੀ ਕਾਸਟ ਹੈ 1,440 ਰੁਪੀਸ। ਤੇ ਨਾਲ ਹੀ ਦੱਸ ਦਈਏ ਕਿ ਨਿਮਰਤ ਖੈਰਾ ਇਹਦੇ ਵਿੱਚ ਬਹੁਤ ਹੀ ਘੈਂਟ ਲੱਗ ਰਹੀ ਹੈ, ਤੇ ਉਹਨਾਂ ਦੇ ਫੈਨਸ ਨੂੰ ਵੀ ਉਹਨਾਂ ਦੀ ਇਹ ਲੁੱਕ ਬਹੁਤ ਹੀ ਜ਼ਿਆਦਾ ਪਸੰਦ ਆਈ। ਵਈ, ਇਸੇ ਤਰ੍ਹਾਂ ਅਸੀਂ ਫਿਰ ਤੋਂ ਆਵਾਂਗੇ ਕਿਸੇ ਹੋਰ ਸੈਲੀਬ੍ਰਿਟੀ ਦੇ ਫੈਸ਼ਨ ਨੂੰ ਲੈ ਕੇ। ਤਦ ਤੱਕ ਤੁਸੀਂ ਦੇਖਦੇ ਰਹੋ ਫੈਸ਼ਨ ਦਿਸ ਵੀਕ।